ਸਾਹਿਬ ਸਰ ਰਣਜੀਤ ਸਿੰਘ ਢਿੱਲੋਂ, ਜਿਨ੍ਹਾਂ ਦੀਆਂ ਹਦਾਇਤਾਂ ਔਰ ਦਿਸ਼ਾ ਨਿਰਦੇਸ਼ ਸਾਡੀ ਥੱਲੇ ਟੀਮਾਂ ਨੂੰ, ਪੁਲਿਸ ਕਮਿਸ਼ਨਰੇਟ ਨੂੰ ਸਮੇਂ ਸਮੇਂ 'ਤੇ ਦਿੱਤੇ ਜਾਂਦੇ ਆ, ਭਾਵੇਂ ਉਹਦੇ ਵਿੱਚ ਕ੍ਰਾਈਮ ਦੀ ਪ੍ਰਵੈਂਸ਼ਨ ਦੀ ਗੱਲ ਹੋਵੇ, ਭਾਵੇਂ ਡਿਟੈਕਸ਼ਨ ਦੀ ਗੱਲ ਹੋਵੇ। ਸੋ ਉਹਦੇ ਤਹਿਤ ਹੀ ਸਾਡੀਆਂ ਟੀਮਾਂ ਜਿਹੜੀਆਂ ਨੇ ਅਲੱਗ ਅਲੱਗ ਕੇਸਿਸ ਟਰੇਸ ਕੀਤੇ ਆ, ਜਿਹੜੇ ਅਸੀਂ ਤੁਹਾਡੇ ਨੋਟਿਸ 'ਚ ਲਿਆਉਣਾ ਚਾਹੁੰਦੇ ਹਾਂ। ਇੱਕ ਤਾਂ 143 ਨੰਬਰ ਮੁਕੱਦਮਾ ਜਿਹੜਾ ਕਿ ਔਲਰੇਡੀ ਬਰੀਫ ਕੀਤਾ ਸੀ, ਜਿਹਦੇ ਵਿੱਚ ਆਪਣੇ ਫਾਇਰਿੰਗ ਕੀਤੀ ਸੀ ਉੱਥੇ ਚੰਡੀਗੜ੍ਹ ਵਾਲਾ ਕੇਸ, ਉਹਦੇ ਵਿੱਚ ਸਾਡੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਸੀ, ਸਾਹਰਪਾਲ ਸਿੰਘ ਸਾਡੇ ADCP ਅਤੇ ਗੁਰਿੰਦਰਵੀਰ ਸਿੰਘ ACP। ਉਹਦੇ ਵਿੱਚ ਜਿਹੜੇ ਅਸੀਂ ਪਹਿਲੇ ਦੋ ਬੰਦੇ ਫੜੇ ਸੀਗੇ, ਹਰਸ਼ਦੀਪ ਅਤੇ ਗੁਰਸ਼ਰਨਦੀਪ, ਉਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਜਦੋਂ ਅੱਗੋਂ ਉਹਨਾਂ ਦੀ ਪੁੱਛਗਿੱਛ ਕੀਤੀ ਤਾਂ ਉਹਦੇ ਵਿੱਚ ਇੱਕ ਬੰਦਾ ਅੱਗੇ ਆਇਡੈਂਟੀਫਾਈ ਹੋਇਆ, ਧਰਮਪ੍ਰੀਤ ਇਲੀਅਸ ਧਰਮਾ, ਜਿਹਨੂੰ ਕਿ ਅਸੀਂ 6-9 ਨੂੰ ਫਰੀਦਕੋਟ ਤੋਂ ਸਾਡੀ ਟੀਮ ਨੇ ਗੁਰਿੰਦਰਵੀਰ ਉਹਨਾਂ ਦੀ ਸੁਪਰਵੀਜ਼ਨ 'ਚ ਉਹਨੂੰ ਅਰੈਸਟ ਕੀਤਾ, ਜਿਹਦਾ ਕਿ ਰੋਲ ਸੀ ਵੀ ਜਿਹੜੇ ਹਰਸ਼ਦੀਪ ਅਤੇ ਗੁਰਸ਼ਰਨਦੀਪ ਆ, ਇਹ ਬੰਦੇ ਨੇ ਆਇਡੈਂਟੀਫਾਈ ਸ਼ੂਟਰ ਇਹਨੇ ਕੀਤੇ, ਔਰ ਇਹਨੇ ਇੰਟਰੋਡਿਊਸ ਅੱਗੇ ਗੋਲਡੀ ਐਂਡ ਇੱਕ ਦੇਵਾ ਆਇਡੈਂਟੀਫਾਈ ਬੰਦਾ ਹੋਇਆ ਜਿਹੜਾ ਕਿ ਹਰਿਆਣੇ ਦਾ ਆ, ਇਹ ਦੋਨਾਂ ਦੇ ਨਾਲ ਇਹਨੇ ਲਿੰਕ 'ਚ ਲਿਆਂਦੇ, ਗੋਲਡੀ ਬਰਾਟ ਬਿਲਕੁਲ। ਦੈਨ ਜਿਹੜਾ ਇਹਨਾਂ ਨੇ ਬੜੀ ਮਿਹਨਤ ਕੀਤੀ ਔਰ ਪੂਰੀ ਡੈਪਥ 'ਚ ਅੱਗੇ ਜਾਂਦੇ ਰਹੇ, ਔਰ ਜਦੋਂ ਧਰਮਪ੍ਰੀਤ ਦੀ ਅੱਗੇ ਪੁੱਛਗਿੱਛ ਹੋਈ ਉੱਥੇ ਅੱਗੇ ਨੈਕਸਟ ਬੰਦਾ ਆਇਡੈਂਟੀਫਾਈ ਹੋਇਆ ਪ੍ਰੀਤਮ ਸਿੰਘ ਗੋਲੀ, ਜਿਹੜਾ ਕਿ ਔਲਰੇਡੀ ਇਹਨਾਂ ਨੂੰ ਗੋਲਡੀ ਬਰਾੜ ਦੇ ਸਾਰੇ ਗਰੁੱਪ ਨੂੰ ਜਾਣਦਾ ਸੀ। ਗੋਲਡੀ ਬਰਾੜ ਨੂੰ ਮਿਲਾਉਣ 'ਚ ਧਰਮਪ੍ਰੀਤ ਨੂੰ ਮੇਨ ਇਹਦਾ ਰੋਲ ਆ, ਪਰ ਜਦੋਂ ਅਸੀਂ ਇਨਵੈਸਟੀਗੇਟ ਕੀਤਾ ਤਾਂ ਪਤਾ ਲੱਗਿਆ ਵੀ ਇਹ ਕਿਸੇ ਫੇਕ ਡਾਕੂਮੈਂਟਸ 'ਤੇ ਬਾਹਰ ਗਿਆ, ਜਿਹਦੀ ਕਿ ਇਨਵੈਸਟੀਗੇਸ਼ਨ ਹੁਣ ਅਸੀਂ ਔਲਰੇਡੀ ਕਰ ਰਹੇ ਹਾਂ, ਚੱਲ ਰਹੀ ਆ, ਜੋ ਵੀ ਉਹਦੇ ਵਿੱਚ ਫਰਦਰ ਕੋਈ ਅਕੋਰਡਿੰਗ ਲਾਅ ਸਾਡਾ ਐਕਸ਼ਨ ਲੈਣ ਵਾਲਾ ਹੋਇਆ ਉਹਨੂੰ ਅਸੀਂ ਬਿਲਕੁਲ ਲਵਾਂਗੇ, ਔਰ ਇਹਦੇ 'ਤੇ ਵੀ ਫਰਦਰ ਇਹਨੂੰ ਉੱਥੋਂ ਵਾਪਸ ਲਿਆਉਣ ਲਈ ਜਾਂ ਜੋ ਸਾਡੇ ਪੈਰਾਮੀਟਰਸ ਇਨਵੈਸਟੀਗੇਸ਼ਨ ਦੇ ਆ, ਭਾਵੇਂ LOC ਅਸੀਂ ਉਸ ਸਾਰਾ ਪਾਰਟ ਅਸੀਂ ਉਹਨੂੰ ਵੀ ਪੂਰਾ ਕੀਤਾ। ਦੈਨ ਅੱਗੋਂ ਇੱਕ ਇਹਨਾਂ 'ਚ ਮੰਗਾ ਸਨ ਆਫ ਵੀਰ ਸਿੰਘ ਸੀ, ਇਹ ਵੀ ਫਰੀਦਕੋਟ ਦਾ ਆ, ਜਿਹਨੂੰ ਕਿ ਇਹਨੂੰ ਵੀ ਸਾਡੀ ਟੀਮ ਨੇ ਅਰੈਸਟ ਕੀਤਾ। ਇਹਦਾ ਇਹ ਪਾਰਟ ਸੀ ਵੀ ਜਦੋਂ ਪਤਾ ਲੱਗਿਆ ਵੀ ਇਹਨਾਂ ਨੇ ਔਲਰੇਡੀ ਇੱਕ ਬੰਦਾ ਉੱਥੇ ਹੋਰ ਸੀ ਜਿਹਦੀ ਇਹਨਾਂ ਨੇ ਰੈਕੀ ਕੀਤੀ, ਰੈਕੀ ਕਰਕੇ ਇਹਨਾਂ ਨੇ ਆਇਡੈਂਟੀਫਾਈ ਕੀਤਾ, ਉਹਦੇ ਵਿੱਚ ਵੀ ਰੈਂਸਮ ਕਾਲ ਟਾਈਪ ਸਾਡੇ ਕੋਲ ਐਵੀਡੈਂਸ ਆਈ ਹੈ, ਉਹਦੀ ਰੈਕੀ ਕਰਦੇ ਰਹੇ ਇਹਨੂੰ ਹਰਸ਼ਦੀਪ ਅਤੇ ਗੁਰਸ਼ਰਨਦੀਪ ਨੂੰ ਇਹ ਲੈ ਕੇ ਇਹਨੇ ਉਹਨੂੰ ਆਇਡੈਂਟੀਫਾਈ ਕਰਾਇਆ ਬੰਦੇ ਨੂੰ। ਪਰ ਲੱਕੀਲੀ ਜਿੱਦਣ ਇਹਨਾਂ ਦੇ ਟਾਈਮ ਫਿਕਸ ਸੀ ਟਾਰਗੇਟ 'ਤੇ ਤਾਂ ਉਹ ਟਾਰਗੇਟ ਅੱਗੇ ਪਿੱਛੇ ਹੋਣ ਕਰਕੇ ਉਹਦਾ ਬਚਾਅ ਹੋ ਗਿਆ, ਇਹ ਵੀ ਫਰਦਰ ਇਹਨਾਂ ਨੇ ਅਰੈਸਟ ਕੀਤਾ। ਇਸੇ ਤਰ੍ਹਾਂ ਹੀ ਸੱਤਵਾਂ ਬੰਦਾ ਇਹਨਾਂ ਵਿੱਚ ਅਵਤਾਰ ਸਿੰਘ ਸੁੱਖਾ ਆ, ਜਿਹਨੂੰ ਕਿ ਅੱਜ ਹੀ ਸਵੇਰੇ ਸਾਡੀ ਟੀਮ ਨੇ ਅਰੈਸਟ ਕੀਤਾ। ਇਹ ਫਸਟ ਉਹ ਬੰਦਾ ਆ ਜਿਹਨੇ ਜਾ ਕੇ ਇਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਇਹਨਾਂ ਨੂੰ ਵਹੀਕਲ ਮੁਹੱਈਆ ਕਰਾਇਆ, ਵਹੀਕਲ ਮੁਹੱਈਆ ਕਰਾ ਕੇ ਦੋਨੋਂ ਟਾਰਗੇਟਸ 'ਤੇ ਪਹਿਲਾਂ ਇਹ ਲੈ ਕੇ ਜਾਂਦਾ ਰਿਹਾ, ਜਿੱਦਾਂ ਕਿ ਅਸੀਂ ਸੈਕਿੰਡ ਟੈਕਸੀ ਵਾਲਾ ਤੁਹਾਨੂੰ ਪਤਾ ਫੜਿਆ, ਇਹਨੂੰ ਵੀ ਇੱਥੇ ਫੜਿਆ। ਸੋ ਇਹਨਾਂ ਦੀ ਗੁਰਿੰਦਰਵੀਰ ਹੁਣਾਂ ਦੀ ਔਰ ਹਰਪਾਲ ਸਿੰਘ ਹੁਣਾਂ ਦੀ ਟੀਮ ਦੀ ਬੜੀ ਚੰਗੀ ਕਾਮਯਾਬੀ ਆ ਵੀ ਸਟਾਰਟ ਤੋਂ ਲੈ ਕੇ ਐਂਡ ਤੱਕ ਵੀ ਇਸ ਤਫਤੀਸ਼ ਨੂੰ ਇਹ ਤਕਰੀਬਨ 90% ਲੈ ਗਏ ਆ। ਅਦਰਵਾਈਜ਼ ਜਿਹੜੀਆਂ ਇਹਦੇ ਰਿਲੇਟਡ ਹਰਿਆਣੇ ਦੇ ਵਿੱਚ ਔਰ ਅਦਰ ਸਟੇਟਸ ਦੇ ਵਿੱਚ ਵੀ ਜਿੱਥੇ ਜਿੱਥੇ ਦੀ ਸਾਡੇ ਕੋਲ ਐਵੀਡੈਂਸ ਆ, ਸਾਡੀਆਂ ਟੀਮਾਂ ਉੱਥੇ ਰੇਡ ਵੀ ਕਰ ਰਹੀਆਂ ਔਰ ਐਵੀਡੈਂਸ ਵੀ ਕਲੈਕਟ ਕਰ ਰਹੀਆਂ। ਇਹਦੇ ਵਿੱਚ ਜਿਹੜਾ ਵੀ ਫਰਦਰ ਕੋਈ ਬੰਦਾ ਵੀ ਹੋਇਆ ਇਹਨੂੰ ਬਿਲਕੁਲ ਇਸ ਇਨਵੈਸਟੀਗੇਸ਼ਨ ਨੂੰ ਅਸੀਂ ਐਂਡ ਤੱਕ ਲੈ ਕੇ ਜਾਵਾਂਗੇ।
ਇਹਦੇ ਵਿੱਚ 5 ਅਰੈਸਟ ਹੋ ਗਿਆ ਜੀ। ਹਾਂਜੀ, ਜਿਹੜਾ ਹੈਗਾ ਆ ਦੇਵਾ ਉਹ ਆਲਰੇਡੀ ਅਸੀਂ, ਹਾਂਜੀ ਹਰਿਆਣੇ ਵਾਲਾ, ਉਹ ਅਸੀਂ ਇਨਵੈਸਟੀਗੇਸ਼ਨ 'ਚ ਦੇਖ ਰਹੇ ਹਾਂ। ਉਹਦੀ ਸਾਨੂੰ ਅਜੇ ਉਹਦਾ ਐਡਰੈਸ ਐਂਡ ਕਈ ਚੀਜ਼ਾਂ ਦੀ ਲੋੜ ਆ, ਪਰ ਅਸੀਂ ਉਹਨੂੰ ਨਾਮਜ਼ਦ ਕਰ ਲਿਆ। ਬਿਲਕੁਲ ਜੀ ਬਿਲਕੁਲ, ਇਹ ਇਹ ਇਸੇ ਕਰਕੇ ਇਸ 'ਤੇ ਅਸੀਂ ਇੰਨਾ ਸਟ੍ਰੈਸ ਦੇ ਰਹੇ ਹਾਂ ਵੀ ਇਹ ਟੋਟਲ ਬੰਦਾ, ਕਈ ਵਾਰੀ ਹੁੰਦਾ ਵੀ ਪੁਲਿਸ ਨੇ 2 ਜਣੇ ਫੜ ਲਏ, 3 ਫੜ ਲਏ, ਕੋਈ ਲਿੰਕ ਛੱਡਦਾ, ਮਤਲਬ ਇਹਨੂੰ ਮਤਲਬ ਕੋਈ ਵੀ ਅਸੀਂ ਇਹਦਾ ਸਪੈਕਟ, ਕੋਈ ਇਹਦੀ ਜਿੱਥੇ ਵੀ ਸਾਨੂੰ ਇਹਦੇ ਰਿਲੇਟਡ ਕੋਈ ਵੀ ਲਿੰਕ ਐਵੀਡੈਂਸ ਮਿਲੀ, ਅਸੀਂ ਕਿਸੇ ਨੂੰ ਵੀ ਲਿੰਕ ਨੂੰ ਹਾਲੇ ਤੱਕ ਛੱਡਿਆ ਨਹੀਂ। ਨਹੀਂ, ਦੇਖੋ ਦੇਖੋ, 2 ਤਾਂ ਸ਼ੂਟਰ ਆ, ਸ਼ੂਟਰ ਦਾ ਵਿਦ ਵੈਪਨ ਅਸੀਂ ਫੜ ਲਏ। ਇਹ ਇਹ ਬੇਸਿਕਲੀ ਲਿੰਕ 'ਚ ਕਿਸੇ ਨੇ ਆਈਡੈਂਟੀਫਾਈ ਕਰਾ ਦਿੱਤਾ, ਕਿਸੇ ਨੇ ਰੈਕੀ ਕਰਾ ਦਿੱਤੀ, ਮਤਲਬ ਇਕੱਲਾ ਇਕੱਲਾ ਸ਼ੂਟਰ ਦਾ ਜੋ ਆਪਾਂ ਅੱਜ ਕੱਲ੍ਹ ਦੇਖ ਰਹੇ ਹਾਂ ਕ੍ਰਾਈਮ 'ਚ, ਇਕੱਲਾ ਸ਼ੂਟਰ ਤਾਂ ਜਾ ਕੇ ਕਿਤੇ ਵੀ ਨਹੀਂ ਕੁਛ ਕਰ ਸਕਦਾ, ਪਰ ਇਹ ਜਿੰਨਾ ਰੋਲ ਉਹਨਾਂ ਦਾ ਉਨਾ ਇਹਨਾਂ ਦਾ ਫੈਂਸ 'ਚ ਰੋਲ ਆ। ਬਿਲਕੁਲ, ਠਹਿਰਾਉਣ ਦਾ, ਕਿਸੇ ਨੇ ਵਹੀਕਲ ਮੁਹੱਈਆ ਕਰਾ ਦਿੱਤਾ, ਕਿਸੇ ਨੇ ਟਾਰਗੇਟ ਆਈਡੈਂਟੀਫਾਈ ਕਰਾ ਦਿੱਤਾ, ਕੋਈ 3 ਵਾਰੀ ਦਿਖਾ ਕੇ ਮੁੜ ਕੇ ਆਪ ਉਤਰ ਗਿਆ, ਨੈਕਸਟ ਬੰਦਾ ਦੇ ਦਿੱਤਾ ਉਹਨੇ। ਇਹ ਸ਼ੂਟਰ ਹੋ ਗਿਆ ਜੀ, ਇਹ ਬਾਕੀ ਹਾਂਜੀ ਉਹਨਾਂ ਦੇ ਐਸੋਸੀਏਟਸ ਹੋ ਗਏ। ਚਲੋ ਇਹ ਤਾਂ ਹੁਣ ਮੈਂ ਕਹਿ ਨਹੀਂ ਸਕਦਾ ਜੀ, ਵਿੱਚ ਹੀ ਸੋਸ਼ਲ ਮੀਡੀਆ ਅਤੇ ਵਿੱਚ ਹੀ ਮੀਡੀਆ ਨੇ ਇਹਨੂੰ ਜੇ ਕੋਈ ਆਪਾਂ ਆਮ ਵੀ ਸੀ ਉਹਨੂੰ ਨਾਮ ਦਿੰਦੇ ਮਤਲਬ ਉਹਨਾਂ ਨੂੰ ਗਲੋਰੀਫਾਈ ਕਰਤਾ ਕਹਿ ਲਓ, ਨਹੀਂ ਚਾਹੀਦਾ। ਤੁਸੀਂ ਇਹਨੂੰ ਭੈੜੇ ਪੁਰਸ਼ ਲੈ ਲਓ, ਕ੍ਰਿਮੀਨਲਸ ਲੈ ਲਓ, ਸਭ ਤੋਂ ਬੈਟਰ ਆ, ਇਹ ਭੈੜੇ ਪੁਰਸ਼ ਵੀ ਨਹੀਂ, ਕ੍ਰਿਮੀਨਲਸ ਦਿਓ। ਕ੍ਰਿਮੀਨਲਸ ਅਤੇ ਸ਼ੂਟਰ ਜਿਹੜੇ ਸੀ ਇਹਨਾਂ ਨੂੰ ਜਿਹੜਾ ਆਪਸ ਦੇ ਵਿੱਚ ਬੁਲਾਉਣ ਵਾਸਤੇ ਜਿਹੜੇ ਮੀਡੀਏਟਰ ਹੈ ਸਰ, ਉਹਨਾਂ ਦੇ ਉੱਤੇ ਕੀ ਕਾਰਵਾਈ ਹੋ ਰਹੀ ਹੈ? ਕਿਉਂਕਿ ਮੋਸਟਲੀ ਇਹਨਾਂ ਦੇ ਸਿੱਧੇ ਲਿੰਕ ਨਹੀਂ ਹੁੰਦੇ, ਇਹ ਕਿਸੇ ਦੇ ਥਰੂ ਬਣਦੇ ਨੇ। ਆਹ ਜਿਹੜੇ ਵਿੱਚ ਵਾਲੇ ਬੰਦੇ ਆ ਨਾ ਜੀ, ਜਿਹੜੇ 3-4 ਤੁਹਾਨੂੰ ਦੱਸੇ ਆ, ਇਹ ਮੀਡੀਏਟਰ ਹੀ ਆ। ਮਤਲਬ ਇੱਕ ਬੰਦਾ ਦੂਜੇ ਨੂੰ ਇੰਟਰੋਡਿਊਸ ਕਰਾ ਰਿਹਾ, ਦੂਜਾ ਤੀਜੇ ਨੂੰ ਕਰਾ ਰਿਹਾ, ਤੀਜਾ ਚੌਥੇ ਨੂੰ ਕਰਾ ਰਿਹਾ, ਫਿਰ ਉਹਦੇ ਫੈਂਸ 'ਚ ਆਪਣਾ ਪਾਰਟ ਵੀ ਪਲੇ ਕਰ ਰਿਹਾ, ਕੋਈ ਰੈਕੀ ਕਰ ਰਿਹਾ, ਕੋਈ ਉਹਨਾਂ ਨੂੰ ਬੰਦਾ ਆਈਡੈਂਟੀਫਾਈ ਕਰਕੇ ਦੱਸ ਰਿਹਾ, ਕੋਈ ਵਹੀਕਲ ਮੁਹੱਈਆ ਕਰਾ ਰਿਹਾ। ਇਹ ਇਸੇ ਕਰਕੇ ਤਾਂ ਤੁਹਾਨੂੰ ਕਿਹਾ ਵੀ ਇਹ ਇਨਵੈਸਟੀਗੇਸ਼ਨ ਨੂੰ ਬੜਾ ਪ੍ਰੋਪਰਲੀ ਐਂਡ ਤੱਕ ਅਸੀਂ ਲੈ ਕੇ ਜਾ ਰਹੇ ਹਾਂ। ਦੇਖੋ ਜਿਹੜੀ ਫਿਲਹਾਲ ਸਾਨੂੰ ਪੰਜਾਬ ਐਂਡ ਹਰਿਆਣਾ ਆਈਡੈਂਟੀਫਾਈ ਹੋ ਰਿਹਾ, ਅਤੇ ਉਹ ਦੋਨੋਂ ਜਗ੍ਹਾ 'ਤੇ ਸਾਡੀਆਂ ਟੀਮਸ ਕੰਮ ਕਰ ਰਹੀਆਂ। ਇਸੇ ਤਰ੍ਹਾਂ ਹੀ ਜੀ ਨੈਕਸਟ ਸਾਡੀ ਜਿਹਦੇ ਵਿੱਚ ਵਿਸ਼ਾਲ ਜੀ ADCP ਸਿਟੀ 1 ਐਂਡ ਗਗਨਦੀਪ ਜਿਹੜੇ ACP ਨੇ ਸੈਂਟਰਲ, ਇਹਨਾਂ ਦੀ ਟੀਮ ਨੇ ਬੜਾ ਚੰਗਾ ਕੰਮ ਕੀਤਾ ਔਰ ਅਲੱਗ ਅਲੱਗ ਕੇਸਾਂ ਦੇ ਵਿੱਚ ਇਹ 5 ਬੰਦੇ ਅਰੈਸਟ ਕੀਤੇ ਆ, ਔਰ ਉਹਨਾਂ ਕੋਲੋਂ 17 ਮੋਟਰਸਾਈਕਲ ਅਤੇ 8 ਐਕਟਿਵਾ ਸਕੂਟਰ, ਮਤਲਬ ਆਲਮੋਸਟ 22-23 ਵਹੀਕਲਸ ਅਸੀਂ ਰਿਕਵਰ ਕੀਤੇ ਆ। ਬੰਦੇ ਵੀ ਪ੍ਰੋਪਰ ਅਰੈਸਟ ਨੇ, ਸੋ ਉਹਨਾਂ ਦੀ ਵੀ ਅਸੀਂ ਤੁਹਾਨੂੰ ਜਿਹੜੀਆਂ ਵਹੀਕਲਸ ਆ ਉਹਨਾਂ ਦੀ ਸੈਪਰੇਟ ਫੋਟੋ ਵੀ ਮੁਹੱਈਆ ਕਰਾਉਂਦੇ। ਬਾਕੀ ਪ੍ਰੈਸ ਨੋਟ ਹੈਗਾ, 3-4 ਕੇਸਿਸ ਨੇ। ਆਲਮੋਸਟ 1 ਦੇ ਏਰੀਏ ਦੇ ਜ਼ਿਆਦਾ ਆ, ਪਰ ਉਸ ਤੋਂ ਬਿਨਾਂ ਵੀ ਹੈਗੇ ਆ, ਜ਼ਿਆਦਾ ਕਮਿਸ਼ਨਰੇਟ ਦੇ ਹੀ ਨੇ। ਤਕਰੀਬਨ ਜੇ ਤੁਸੀਂ ਦੇਖੋ ਜੀ, ਆ ਹਰਪ੍ਰੀਤ ਹੈਪੀ ਆ, ਇਹ ਰਮਦਾਸ ਦਾ ਆ, ਅੰਮ੍ਰਿਤਸਰ ਦਿਹਾਤੀ ਦਾ। ਮਨਪ੍ਰੀਤ ਅਮਰਕੋਟ ਜ਼ਿਲ੍ਹਾ ਤਰਨ ਦਾ ਆ। ਇਸੇ ਤਰ੍ਹਾਂ ਹੀ ਇਹ ਖੁਸ਼ਪ੍ਰੀਤ ਜਰਮਨ ਹੈ, ਰਾਮਪੁਰਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਆ। ਬਲਵਿੰਦਰ ਤਰਨ ਦਾ ਆ। ਆਲਮੋਸਟ ਸਰਾਊਂਡਿੰਗ ਦੇ ਹੀ ਨੇ। ਸਰ ਪਹਿਲਾਂ ਵੀ ਕਾਫੀ ਸਾਰੇ ਮੋਟਰਸਾਈਕਲ ਫੜੇ ਗਏ, ਜਿਸ ਦੇ ਵਿੱਚ ਜਿਹੜੇ ਲੋਕ ਫੜੇ ਗਏ ਸੀ ਨਾ, ਉਹ ਇਸੇ ਏਰੀਏ ਦੇ ਸੀ, ਜਿਸ ਤਰ੍ਹਾਂ ਅਜਨਾਲਾ ਸਾਈਡ ਹੋ ਗਿਆ, ਰਮਦਾਸ ਸਾਈਡ ਹੋ ਗਿਆ।
ਲੱਗਦਾ ਨਹੀਂ ਵੀ ਜਿਹੜੇ ਇੱਧਰ ਵਾਲੇ ਲੋਕ ਨੇ ਇੱਥੋਂ ਵਹੀਕਲ ਚੋਰੀ ਕਰਕੇ ਪਿੰਡਾਂ 'ਚ ਲੈ ਜਾਂਦੇ ਨੇ, ਉੱਥੇ ਗਾਂਹ ਕਿਸੇ ਨੂੰ ਵੇਚ ਦਿੰਦੇ ਨੇ? ਨਹੀਂ, ਇਹ ਪੋਸੀਬਿਲਟੀ ਤਾਂ ਹੈਗੀ ਹੈ ਜੀ। ਇਹ ਤਾਂ ਦੇਖੋ ਜਿਹੜਾ ਮਤਲਬ ਅੰਮ੍ਰਿਤਸਰ, ਇੱਦਾਂ ਵੀ ਅੰਮ੍ਰਿਤਸਰ ਕਮਿਸ਼ਨਰੇਟ ਸੈਂਟਰ 'ਚ ਆ, ਸੋ ਕ੍ਰਿਮੀਨਲਸ ਜਿਹੜੇ ਸਰਾਊਂਡਿੰਗ 'ਚ ਵੀ ਹੈਗੇ ਆ, ਭਾਵੇਂ ਕੋਈ NDPS ਦਾ ਆ, ਭਾਵੇਂ ਕਿਸੇ ਥੈਫਟ ਕੇਸਿਸ ਵਾਲਾ, ਭਾਵੇਂ ਸਨੈਚਰ ਆ, ਉਹ ਨੈਚੁਰਲੀ ਕੋਈ ਬੰਦਿਆਂ ਦੀ ਮੂਵਮੈਂਟ ਇੱਥੇ ਕਾਫੀ ਆ। ਸੋ ਕਈ ਵਾਰੀ ਪੈਟੀ ਕ੍ਰਾਈਮ ਵਾਲਾ ਵੀ, ਹੀਨੀਅਸ ਕ੍ਰਾਈਮ ਵਾਲਾ ਵੀ ਵਾਰਦਾਤ ਇੱਥੇ ਕਰ ਜਾਂਦੇ ਆ ਔਰ ਆਲੇ ਦੁਆਲੇ ਜਾਂਦੇ ਆ। ਪਰ ਅਸੀਂ ਲੱਕੀਲੀ ਜੇ ਅਸੀਂ ਆ ਸਾਲ ਕੁ ਦਾ ਡਾਟਾ ਕੱਢੀਏ ਤਾਂ ਅਸੀਂ ਹਰੇਕ ਟਰੇਸ, ਮਤਲਬ ਜਿਹੜਾ ਕੇਸ ਆ ਟਰੇਸ ਕੀਤਾ ਔਰ ਬੰਦਾ ਵੀ ਅਸੀਂ ਫੜਿਆ, ਭਾਵੇਂ ਉਹ ਕਿਤੇ ਦਾ ਵੀ। ਇਹਦੇ ਵਿੱਚ 5 ਜਾਣੇ ਜੀ। ਹਾਂਜੀ, ਉਹ ਇਹਦੇ 'ਚ ਡਾਟਾ ਹੈਗਾ ਜੀ। ਵੈਸੇ ਧਾਰਾਵਾਂ ਸਾਹਿਬ ਦਾ ਜਿਹੜਾ ਤੁਹਾਡਾ ਤਜਰਬਾ, ਜੋ ਕਿ ਕੋਈ ਵੀ ਕ੍ਰਾਈਮ ਕਿਤੇ ਵੀ ਹੋਣਾ ਹੋਵੇ, ਉਹਦੀ ਇਹ ਵੀ ਹੁੰਦਾ ਪਲੈਨਿੰਗ ਵੀ ਆਲਮੋਸਟ ਅੰਮ੍ਰਿਤਸਰ ਦੇ ਨਾਮ ਅੰਮ੍ਰਿਤਸਰ ਦਾ ਆ ਹੀ ਜਾਂਦਾ, ਪਲੈਨਿੰਗ ਕਰਨ ਵੀ ਅੰਮ੍ਰਿਤਸਰ ਆ ਹੀ ਜਾਂਦੇ ਨੇ ਜੀ। ਹਾਂਜੀ, ਕਿਹਾ ਜਾ ਸਕਦਾ ਨਹੀਂ, ਇਹ ਤਾਂ ਮਿਕਸ ਜਿਹਾ ਹੀ ਨੇ ਜੀ। ਵੈਸੇ ਪਾਰਕਿੰਗਸ ਵੀ ਹੈਗੀਆਂ ਆ ਅਤੇ ਅਦਰਵਾਈਜ਼ ਵੀ ਥੈਫਟ ਹੈਗੀ ਆ, ਇਹਦੇ 'ਚ ਸਾਰੀਆਂ ਮਿਕਸ ਨੇ। ਪਰ ਜਿਹੜਾ ਜਿਹੜਾ ਸਾਦੇ ਵਾਲਾ ਆ ਤਾਂ ਮਿਕਸ ਹੀ ਨੇ। ਹਾਂ, ਇਹ ਤਾਂ ਮਿਕਸ ਨੇ। ਬੈਕਗਰਾਊਂਡ ਹੈ ਜੀ ਇਹਨਾਂ ਦੀ, ਟੋਟਲ ਤੁਹਾਨੂੰ ਦੇਣੇ ਆ ਪ੍ਰੈਸ ਨੋਟ, ਟੋਟਲ ਸਾਰਾ ਕੇਸ, ਕਿਹੜਾ ਕਿਹੜਾ ਬੰਦਾ ਰਹਿ ਸਕਿਆ, ਕਿਹੜੇ ਕਿਹੜੇ ਵਹੀਕਲ ਆ। ਅਤੇ ਮੈਂ ਦੇਵਾ ਹਾਂਜੀ, ਇਸੇ ਤਰ੍ਹਾਂ ਹੀ ਸਾਡੇ ਜੀ ਪਿਛਲੇ ਮਹੀਨੇ 'ਚ ਅਸੀਂ ਦੱਸਣਾ ਚਾਹੁੰਦੇ, ਉਹ ਆਲਮੋਸਟ 20-21 ਅਸੀਂ ਰਜਿਸਟਰ ਕੀਤੇ ਆ। ਇੱਕ ਤਾਂ ਅਸੀਂ ਬੜੀਆਂ ਕਲੀਅਰ ਕੱਟ ਮਾਨਯੋਗ CP ਸਾਹਿਬ ਦੀਆਂ ਹਦਾਇਤਾਂ ਆ, ਉੱਤੋਂ ਮਾਨਯੋਗ DGP ਸਾਹਿਬ ਦੀਆਂ ਵੀ ਕੋਈ ਵੀ ਕੰਪਲੇਂਟੈਂਟ ਜਿਹਨਾਂ ਸਨੈਚਿੰਗ ਹੁੰਦੀ ਆ ਜਾਂ ਕੋਈ ਹੋਰ ਪੈਟੀ ਕ੍ਰਾਈਮ ਹੁੰਦਾ, ਭਾਵੇਂ ਥੈਫਟ ਆ, ਵੀ ਉਹਦੀ ਬਿਲਕੁਲ ਜਿਹੜੀ ਰਜਿਸਟਰੇਸ਼ਨ ਆ ਉਹ ਬਿਨਾਂ ਹੈਜੀਟੇਸ਼ਨ ਦੇ ਬਹੁਤ ਸਖਤ ਹਦਾਇਤਾਂ ਨੇ ਵੀ ਉਹ ਦਰਜ ਕਰੋ। ਸੋ ਅਸੀਂ ਜਿੱਦਾਂ ਇਹ 20 ਦਰਜ ਕੀਤੇ ਤਾਂ ਉਹਦੇ 'ਚੋਂ ਅਸੀਂ 16 ਮੁਕੱਦਮੇ ਜਿਹੜੇ ਅਸੀਂ ਟਰੇਸ ਕਰਨ 'ਚ ਕਾਮਯਾਬ ਹੋਏ ਹਾਂ ਔਰ ਉਹਦੇ ਵਿੱਚ ਅਸੀਂ 20 ਜਿਹੜੇ ਦੋਸ਼ੀ ਫੜੇ ਆ, ਜਿਨ੍ਹਾਂ ਦੇ ਕੋਲੋਂ ਆਲਮੋਸਟ 16 ਮੋਬਾਈਲ ਆ, ਗੋਲਡ ਔਰਨਾਮੈਂਟਸ ਦੇ ਵਿੱਚ ਇੱਕ ਗੋਲਡ ਦੀ ਚੇਨ ਆ, ਅਤੇ ਕੈਸ਼ ਵੀ 35-40 ਹਜ਼ਾਰ ਹੈਗਾ ਆ, ਬੁਲਟ ਮੋਟਰਸਾਈਕਲ ਹੈ। ਸੋ ਇਹ ਵੀ ਇੱਕ ਅੱਛੀ ਕਾਰਗੁਜ਼ਾਰੀ ਔਰ ਪੁਲਿਸ ਦੀ ਮੁਸਤੈਦੀ ਦੀ ਗੱਲ। ਇਹ ਅਲੱਗ ਅਲੱਗ ਹੀ ਨੇ ਜੀ, ਇਹਦੀ ਤੁਹਾਨੂੰ ਡਿਟੇਲ ਦਿੰਦੇ, ਜਿੱਦਾਂ ਜ਼ਿਆਦਾ ਨੇ ਉਹਨਾਂ ਨੂੰ 20 ਕੇਸਿਸ ਦੀ ਅਸੀਂ ਟੋਟਲ ਡਿਟੇਲ ਦਿੰਦੇ ਜੇ ਚਾਹੀਦੀ ਹੈ ਤਾਂ। ਇਹਦੇ ਵਿੱਚ ਮਤਲਬ ਕੋਈ ਬਹੁਤ ਵੱਡਾ ਸਮਗਲਰ ਨਹੀਂ, ਪਰ ਅਡਿਕਸ਼ਨ ਵਾਲੇ ਤਾਂ ਥੋੜ੍ਹੀ ਥੋੜ੍ਹੇ ਵਾਲੇ ਬਹੁਤ ਨੇ ਜੀ ਸਨੈਚਰ। ਨਹੀਂ ਦੇਖੋ, ਇਹਦੇ 'ਚ ਤਾਂ ਕੋਈ ਡਾਊਟ ਹੀ ਨਹੀਂ ਹੈ ਜੀ, ਅਡਿਕਸ਼ਨ ਦਾ ਸਪੈਸ਼ਲੀ ਥੈਫਟ ਕੇਸਿਸ ਦੇ ਵਿੱਚ ਐਂਡ ਜਿਹੜੀਆਂ ਤੁਹਾਡੀਆਂ ਸਨੈਚਿੰਗਸ ਆ ਜਾਂ ਹੋਰ ਪੈਟੀ ਕ੍ਰਾਈਮ ਆ, ਉਹਦੇ 'ਚ ਅਡਿਕਸ਼ਨ ਦਾ ਰੋਲ ਤਾਂ ਹੈਗਾ ਹੀ ਆ। ਜਿਹੜੇ ਅਡਿਕਟਡ ਬੰਦੇ ਨੇ, ਕਿਉਂਕਿ ਜਦੋਂ ਅਡਿਕਟ ਹੋ ਜਾਂਦੇ ਆ ਥੋੜ੍ਹੀ ਥੋੜ੍ਹੀ ਚੀਜ਼ ਦੇ ਲਈ, ਜਦੋਂ ਉਹਨਾਂ ਨੂੰ ਪੰਜਾਬੀ 'ਚ ਤੋੜ ਲੱਗਦੀ ਆ, ਹੈ ਨਾ, ਜਾਂ ਵਿਦਡਰੋਲ ਜਦੋਂ ਸਿਮਟਮਸ ਆਉਂਦੇ ਆ, ਦੈਨ ਉਹ ਕੁਛ ਨਾ ਕੁਛ ਇੱਦਾਂ ਦੀ ਹਰਕਤ, ਜੇ ਉਹਨਾਂ ਨੂੰ ਗਟਰ ਦਾ ਢੱਕਣ ਮਿਲ ਗਿਆ ਮੈਂ ਉਹ ਚੱਕ ਲੈਣਾ, ਹੈ ਨਾ, ਜੇ ਕਿਤੇ ਮੋਟਰਸਾਈਕਲ ਸਕੂਟਰ ਕਾਬੂ ਆ ਗਿਆ ਕਿਤੇ ਖੜਾ ਉਹ ਲੈ ਲੈਣਾ, ਉਹ 'ਚ ਬੈਕਗਰਾਊਂਡ ਤੁਹਾਡੀ ਗੱਲ ਠੀਕ ਹੈ ਹੀ ਹੈ ਜੀ। ਸਰ, ਇੱਕ ਗੱਲ ਹੋਰ ਕਰਨੀ ਸੀ, ਜਿਸ ਤਰ੍ਹਾਂ ਕੱਲ੍ਹ ਇੱਕ ਸ਼ਹਾਦਾ ਰੋਡ ਦੇ ਉੱਤੇ ਗੱਡੀਆਂ ਨੂੰ ਪਾਰਕਿੰਗ ਦੀ ਲੈ ਕੇ, ਜਿਸ ਤਰ੍ਹਾਂ ਕੋਈ ਸੇਲ ਪਰਚੇਜ਼ ਆਵੇ ਜੀ, ਗੱਡੀਆਂ ਲਗਾਉਣ ਨੂੰ ਲੈ ਕੇ ਕਿਸੇ ਡਾਕਟਰ ਦੇ ਨਾਲ ਉਹਨਾਂ ਦੇ ਦੋਸਤ ਮੈਂਬਰ ਵੀ ਝਗੜਾ ਵੀ ਆ, ਉਹਨਾਂ CCTV ਵੀ ਉਹਨਾਂ ਦੀ ਹੈਗੀ ਹੈ,
ਜਿਸ ਤਰ੍ਹਾਂ ਇਹ ਫੁੱਟਪਾਥ ਦੇ ਉੱਤੇ ਗੱਡੀਆਂ ਲਗਾ ਦਿੰਦੇ ਨੇ ਕਿ ਇਹ ਗਲਤ ਨਹੀਂ ਹੈ, ਟ੍ਰੈਫਿਕ ਨੂੰ ਇਹਦੇ ਤੇ ਜਿਹੜੇ ਟ੍ਰੈਫਿਕ ਪੁਲਿਸ ਉਹਦੇ ਤੇ ਕੋਈ ਐਕਸ਼ਨ ਲੈਣਾ ਨਹੀਂ ਚਾਹੀਦਾ ਕਿਉਂਕਿ ਦੇਖੋ ਆਏ ਦਿਨ ਝਗੜੇ ਨਹੀਂ ਮੁਲਾਜ਼ਮਾਂ ਦੇ ਮੁਲਾਜ਼ਮਾਂ ਨਾਲ ਹੋਇਆ ਨਹੀਂ ਅੱਛਾ ਜੀ ਟੀਮਸ ਜਿਹੜੀਆਂ ਟ੍ਰੈਫਿਕ ਦੀਆਂ ਆ ਉਹ ਹੁਣ ਆਪਾਂ ਦੇਖਦੇ ਹਾਂ ਭਾਵੇਂ ਟੋ ਵੈਨਸ ਆ ਟੋ ਵੀ ਕਰ ਰਹੀਆਂ, ਸਾਨੂੰ ਬੜੇ ਫੋਨ ਆਉਂਦੇ ਆ ਚਲਾਨ ਵੀ ਕਰ ਰਹੀਆਂ, ਪਰ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਇਨਫਰਾਸਟ੍ਰਕਚਰ ਦੀ ਵੀ ਜੇ ਆਪਾਂ ਲਈ ਕਮੀ ਹੈਗੀ ਆ, ਕੁਛ ਸਾਡੀਆਂ ਟ੍ਰੈਫਿਕ ਵਾਲੇ ਜਿਹੜੇ ਸੁਧਾਰ ਹੈਗੇ ਆ ਉਹਨਾਂ ਦੀ ਵੀ ਜ਼ਰੂਰਤ ਹੈ। ਉਹ ਠੀਕ ਆ ਜੀ, ਕੋਈ ਅਸੀਂ ਜਿਹੜੇ ਸਾਨੂੰ ਇਹੋ ਜਿਹੇ ਏਰੀਆ ਸੀ ਐਸ ਪੀ ਟ੍ਰੈਫਿਕ ਸਾਡੇ ਹਰਪਾਲ ਸਿੰਘ ਨੇ, ਅਸੀਂ ਆਈਡੈਂਟੀਫਾਈ ਕਰਕੇ ਬਿਲਕੁਲ ਉੱਥੇ ਜੋ ਐਕਸ਼ਨ ਲੈਣਾ ਕਰਾਂਗੇ। ਅੱਛਾ ਜੀ ਜੀ, ਉਹ ਕੇਸ ਰਜਿਸਟਰ ਹੋਇਆ ਹੋਇਆ ਜੀ, ਸਾਡੀ ਟੀਮ ਲੱਗੀ ਹੋਈ ਆ ਅਤੇ ਤੁਹਾਨੂੰ ਥੋੜ੍ਹੇ ਟਾਈਮ 'ਚ ਹੀ ਉਹਦਾ ਰਿਜ਼ਲਟ ਦੇ ਦਾਂਗੇ। ਉਹ ਹੈਗਾ ਕਿਤੋਂ ਏ ਡਿਵੀਜ਼ਨ ਦਾ। ਰਜਿਸਟ੍ਰੇਸ਼ਨ ਦੱਸ ਸਕਦੇ, ਗੱਲ ਦਾ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਆ। ਕਈ ਕਈ ਵਾਰੀ ਪਤਾ ਕੀ ਹੁੰਦਾ ਜੀ, ਜਿਹੜੀ ਦੇਖੋ ਜਿਹੜੀ ਵਾਲ ਸਿਟੀ ਆ ਅੰਦਰ ਵਾਲੀ ਜੂਰਿਸਡਿਕਸ਼ਨ ਲਾਗੇ ਲਾਗੇ ਹੁੰਦੀ, ਹੋ ਸਕਦਾ ਤੁਸੀਂ ਇਮੀਡੀਏਟਲੀ ਕਾਲ ਕਰਤੀ ਹੋਵੇ ਏਐਸਆਈ ਮੌਕੇ ਤੇ ਗਿਆ ਹੋਵੇ। ਨਹੀਂ ਮੈਂ ਸਮਝ ਗਿਆ ਗੱਲ ਤਾਂ ਤਾਂ ਹੈ, ਜੇ ਤੁਸੀਂ ਰਜਿਸਟ੍ਰੇਸ਼ਨ ਨਹੀਂ ਹੋਈ ਤੁਹਾਨੂੰ ਦੱਸ ਰਿਹਾ ਜੀ ਰਜਿਸਟ੍ਰੇਸ਼ਨ ਹੋ ਗਈ। ਪੁਲਿਸ ਦੀ ਬੇਸਿਕ ਰਿਸਪੋਂਸੀਬਿਲਟੀ ਕੀ ਹੈ? ਕ੍ਰਾਈਮ ਹੁੰਦਾ ਸਾਨੂੰ ਇਨਫੋਰਮੇਸ਼ਨ ਆਉਂਦੀ, ਅਸੀਂ ਫਸਟ ਇਨਫੋਰਮੇਸ਼ਨ ਨੂੰ ਰਜਿਸਟਰ ਕਰਨਾ, ਦੈਨ ਅਸੀਂ ਉਹਨੂੰ ਇਨਵੈਸਟੀਗੇਟ ਕਰਨ ਲਈ ਟੀਮਾਂ ਲਾਉਣੀਆਂ, ਦੈਨ ਉਹ ਅਸੀਂ ਡਿਟੈਕਟ ਕਰਨਾ ਅਤੇ ਜਿਹੜੇ ਇੱਦਾਂ ਦੇ ਗੰਦੇ ਬੰਦੇ ਆ ਫੜ ਕੇ ਸਮਾਜ ਦੇ ਅੱਗੇ ਲੈ ਕੇ ਆਉਣੇ ਅਤੇ ਲਾਅ ਦੇ ਅਕੋਰਡਿੰਗ ਉਹਨਾਂ ਨੂੰ ਕਰਨੀ, ਉਹ ਤੁਹਾਨੂੰ ਵਿਦਇਨ 2 ਡੇਜ਼ ਪਤਾ ਲੱਗ ਜੂਗਾ ਵੀ ਅਸੀਂ ਉਹ 'ਚ ਰੋਲ ਕੀ ਸੀ। ਚਲੋ ਜੀ, ਇਹ ਤਾਂ ਜੇ ਹੁਣ ਆਪਾਂ ਇੱਦਾਂ ਪੁਆਇੰਟ ਆਊਟ ਕਰਨ ਲੱਗ ਜਾਈਏ, ਆਪਾਂ ਜੋ ਸਾਡਾ ਕੰਮ ਤੁਹਾਨੂੰ ਦੱਸਿਆ ਵੀ ਆਪਾਂ ਕ੍ਰਾਈਮ ਦੇ ਪੁਆਇੰਟ 'ਤੇ ਗੱਲ ਕਰੀਏ, ਅਸੀਂ ਰਜਿਸਟਰਡ ਕੀਤਾ ਔਰ ਉਹਨੂੰ ਇਨਵੈਸਟੀਗੇਟ ਕਰਕੇ ਫੜਾਂਗੇ।